ते नेहा कक्कड़ नूं भी सुनेहा ला दिओ बीबी बंदा तेरा ते फिर उन्हूं पर्दे च रख लोकां दे सामने की मुंह च मुंह पा पा के तुसीं की साबित करदे पए तुसीं पंजाब दा बेड़ा गर्क करन ते होए आ कोई शर्म नूं हत्थ मारो केड़ियां चीजां तुसीं लै के तुर पए आ ठीक आ फिल्मी स्टार आ जां तुसीं चंगे सिंगर आ ते चंगी सोच भी रखो की बच्चियां नूं परोस के दे रहे इस टाइम पंजाब दे अंदर दो दरिया एहो जे वगदे आ जिहड़े सानूं दिन ब दिन जाड़न ते लगे आ एक सैक्स दा ते दूजा नशे दा ते जिहड़ा सैक्स परोस रहे आ ओह कोई होर नहीं साडे अपने सरदार भरा जिहड़े ओह वैसे ते असली सरदार नहीं मैं कह सकदा जिहड़े इधरों उधरों आ के सरदार बने आ ओह साडी छवी नूं खराब करदे पए आ क्योंकि जिहड़े जिन्हां नूं ਧੁਰ ਦਰਗਾਹੋਂ ਸਰਦਾਰੀਆਂ ਮਿਲੀਆਂ ਉਹਨਾਂ ਨੂੰ ਸਰਦਾਰੀ ਦੀ ਕਦਰ ਆ ਜਿਹੜੇ ਇਧਰੋਂ ਉਧਰੋਂ ਧਰਮ ਨੂੰ ਚੇਂਜ ਕਰਕੇ ਬਾਅਦ ਵਿੱਚ ਸਿੱਖ ਬਣੇ ਆ ਨਾ ਉਹ ਅਜੇ ਸਿੱਖਣ ਦੀ ਬਹੁਤ ਲੋੜ ਆ ਉਹਨਾਂ ਨੂੰ ਅਜੇ ਉਹਨਾਂ ਨੂੰ ਬਹਿਣਾ ਚਾਹੀਦਾ ਵਾ ਸਿੱਖੀ ਦੇ ਵਿੱਚ ਵਿਚਰਨਾ ਚਾਹੀਦਾ ਤੇ ਫਿਰ ਬਾਈ ਆ ਜਿਹੜੀ ਸਿਰ ਤੇ ਸਿੰਘ ਸਾਹਿਬ ਵਾਲੀ ਪੱਗ ਬੰਨ ਕੇ ਇਦਾਂ ਦੇ ਕੰਮ ਕਰਾਂਗੇ ਤੇ ਬਾਈ ਮੈਂ ਪਿੱਛੇ ਹਟਣ ਵਾਲਾ ਨਹੀਂ ਹੈਗਾ ਤੇ ਮੈਂ ਤੇ ਬਾਈ ਇਹ ਕੰਮ ਕਿਸੇ ਪਾਸੇ ਲਾ ਕੇ ਵੇਖੂ ਫੇਰ ਹੀ ਬੈਠੂਗਾ ਮੇਰੇ ਵੱਲੋਂ ਬਾਈ ਜਿਹਨੂੰ ਮਰਜ਼ੀ ਕਹਿ ਦੀ ਠੀਕ ਆ ਮੈਂ ਜਿੱਥੇ ਖੜਾ ਉੱਥੇ ਖੜਾ ਹੀ ਆ ਲਾਹੌਰ ਦਾ ਦਰਵਾਜ਼ਾ ਕਹਿੰਦੇ ਮੈਨੂੰ ਤੇ ਜਿੱਥੇ ਖਲੋ ਗਿਆ ਫਿਰ ਮੈਂ ਉੱਥੇ ਖਲੋਤਾ ਹੀ ਆ ਤੇ ਮੈਨੂੰ ਇੱਕ ਨਹੀਂ ਮੈਨੂੰ 99% ਪੰਜਾਬ ਦੇ ਲੋਕਾਂ ਦੇ ਫੋਨ ਆਏ ਆ ਵੀ ਇਹ ਜਿਹੜਾ ਕੰਮ ਹੋ ਰਿਹਾ ਇਹਨੂੰ ਬੰਦ ਕਰਨਾ ਤੇ ਬਾਈ ਇਹ ਮਤ ਸੋਚੋ ਕਈ ਕਹਿੰਦੇ ਨਾ ਵੀ ਵਿਚਾਰਾ ਵਾ ਕਿ ਵਿਚਾਰੇ ਨਾਲ ਧੱਕਾ ਕਰਨ ਡਿਆ ਅਸੀਂ ਵਿਚਾਰੇ ਨਾਲ ਧੱਕਾ ਨਹੀਂ ਕਰਨ ਡਿਆ ਅਸੀਂ ਵਿਚਾਰੇ ਦੀ ਆਉਣ ਵਾਲੀ ਜਿਹੜੀ ਨਸਲ ਉਹਨੂੰ ਬਚਾ ਰਹੇ ਹਾਂ ਛੋਟਾ ਜਿਹਾ ਬੱਚਾ ਉਹਦਾ ਕੀ ਦੱਸੂਗਾ ਭਲਕੇ ਲੋਕਾਂ ਨੂੰ ਕਿ ਮੇਰੀ ਮਾਂ ਮੇਰਾ ਪਿਓ ਇਦਾਂ ਦੀ ਵੀਡੀਓ ਪਾਉਂਦੇ ਅਸੀਂ ਉਹਦੀ ਜ਼ਿੰਦਗੀ ਬਚਾ ਰਹੇ ਹਾਂ ਬਾਕੀ 5000 ਬੰਦੇ ਚੋਂ ਨੇਹਾ ਕੱਕੜ ਵੀ ਆਉਂਦੀ ਹੈ ਠੀਕ ਆ ਬਾਕੀ ਯੂਟਿਊਬਰ ਬਹੁਤ ਸਾਰੇ ਆ ਜਿਹੜੀਆਂ ਗੰਦੀਆਂ ਵੀਡੀਓ ਪਾਉਂਦੇ ਆ ਸਾਰਿਆਂ ਵੱਲ ਸਾਡਾ ਧਿਆਨ ਆ ਲੇਕਿਨ ਕੱਲਾ ਕੱਲਾ ਕਰਕੇ ਉਹਨਾਂ ਨੂੰ ਮਿਲਾਂਗੇ ਇੱਕ ਵਾਰੀ ਪਿਆਰ ਨਾਲ ਸਮਝਾਉਣਾ ਦੂਜੀ ਵਾਰ ਅਸੀਂ ਪਿਆਰ ਨਾਲ ਨਹੀਂ ਸਮਝਾਉਣਾ ਸਿੱਧੀ ਗੱਲ ਡਾਂਗ ਫੇਰਾਂਗੇ ਭਾਵੇਂ ਸਾਨੂੰ ਇੱਕ ਅੱਧੇ ਨੂੰ ਪਰਚਾ ਕਰਾ ਕੇ ਅੰਦਰ ਜਾਣਾ ਪਿਆ ਤੇ ਚੱਲ ਜਾਵਾਂਗੇ ਕੋਈ ਚੱਕਰ ਨਹੀਂ ਆ ਲੇਕਿਨ ਗੰਦ ਨਹੀਂ ਪੈਣ ਦੇਣਾ ਠੀਕ ਆ ਕਿਉਂਕਿ ਜਿਹੜਾ ਪੜਦੇ ਪੋਸ਼ੀ ਦੀਆਂ ਚੀਜ਼ਾਂ ਉਹਨਾਂ ਨੂੰ ਤੁਸੀਂ ਪ੍ਰਗਟ ਕਰਕੇ ਸੰਸਾਰ ਤੇ ਤਮਾਸ਼ਾ ਬਣਾ ਰਹੇ ਸਾਡਾ ਯਾਰ ਕੋਈ ਸ਼ਰਮ ਨੂੰ ਹੱਥ ਮਾਰੋ ਸੋ ਮੇਰੀ ਇਹੋ ਗੱਲ ਸਾਰੇ ਵੀਰ ਭਰਾਵਾਂ ਨੂੰ ਕੋਈ ਹੁੱਲੜਬਾਜ਼ੀ ਨਾ ਕਰੇ ਕੋਈ ਵੀ ਨੁਕਸਾਨ ਕਿਸੇ ਦਾ ਨਾ ਕਰੇ ਆਪਾਂ ਬਹਿ ਕੇ ਇੱਕ ਵਾਰੀ ਉਹਨਾਂ ਨਾਲ ਗੱਲ ਕਰਨੀ ਜਿੰਨੇ ਵੀ ਭੈਣ ਭਰਾ ਆ ਰਹੇ ਆ ਬਈ ਸਾਰਿਆਂ ਦਾ ਧੰਨਵਾਦ ਆਪਾਂ 11:30 ਉੱਥੇ ਮਿਲਦੇ ਕੁੱਲੜ ਪੀਜੇ ਤੇ ਆ ਜਾਓ ਬਾਕੀ ਪੁਲਿਸ ਪ੍ਰਸ਼ਾਸਨ ਨੂੰ ਫਿਰ ਮੈਂ ਕਹਿ ਦਿੰਦਾ ਮੈਨੂੰ ਫੋਨ ਕਰ ਦਿਓ ਬਾਈ ਤੇ ਇਹਨਾਂ ਨੂੰ ਤੁਸੀਂ ਦੱਸ ਦਿੱਤਾ ਇਹਨਾਂ ਨੂੰ ਸੱਦ ਲਿਓ ਤੇ ਸੱਦ ਕੇ ਆਪਾਂ ਜਿਹੜਾ ਇੱਕ ਵਾਰੀ ਗੱਲ ਜਿਹੜੀ ਆ ਉਹਨੂੰ ਖਤਮ ਕੀਤਾ ਜਾਵੇ ਠੀਕ ਆ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।